ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪਰਬ ਹਰ ਕੋਈ ਵੱਡੇ ਪੱਧਰ ਤੇ ਮਨਾ ਰਿਹਾ ਤੇ ਹਰ ਕੋਈ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਵਾਸਤੇ ਵੱਡੇ ਉਪਰਾਲੇ ਕਰ ਰਿਹਾ। ਜਿੱਥੋਂ ਤੱਕ ਗੱਲ ਕੀਤੀ ਜਾਵੇ, ਮਨਜੀਤ ਸਿੰਘ ਜੀ ਮੁੱਖ ਸੇਵਾਦਾਰ ਨੇ ਜ਼ੀਰਕਪੁਰ ਤੋਂ ਆਏ ਨੇ, 5550 ਗਮਲੇ ਲੈ ਕੇ ਆਏ ਨੇ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਤੇ ਆਕਸੀਜਨ ਦਾ ਲੰਗਰ ਲਗਾਇਆ ਗਿਆ। ਕੀ ਇਹਨਾਂ ਦਾ ਉਪਰਾਲਾ? ਮੇਨ ਉਹਨਾਂ ਤੋਂ ਪੁੱਛਦੇ ਹਾਂ, ਦੱਸੋ ਜੀ ਤੁਸੀਂ ਕੀ ਕਰਨਾ ਚਾਹੁੰਦੇ ਜਿਹੜਾ ਤੁਸੀਂ ਇੱਥੇ ਆਕਸੀਜਨ ਦਾ ਲੰਗਰ ਵੰਡ ਰਹੇ ਹੋ? ਕੱਲ ਤਾਰਨ ਗੁਰੂ ਨਾਨਕ ਆਇਆ, ਜਹਰ ਪੀਰ ਜਗਤ ਗੁਰ ਬਾਬਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਮੈਂ ਆਪ ਸੰਗਤਾਂ ਦੇ ਰੂਬਰੂ ਹਾਂ। ਡੇਰਾ ਬਾਬਾ ਨਾਨਕ ਸਾਹਿਬ ਜੀ ਦੀ ਉਸ ਪਾਵਨ ਧਰਤੀ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ 17-18 ਸਾਲ ਮੁਬਾਰਕ ਚਰਨ ਕਮਲ ਪਏ, ਚਰਨ ਕਮਲਾਂ ਦੀ ਸ਼ੋਅ ਪ੍ਰਾਪਤ, ਜਿਸ ਧਰਤੀ ਦਾ ਜ਼ਰਾ ਜ਼ਰਾ ਗੁਰੂ ਨਾਨਕ ਸਾਹਿਬ ਦੇ ਪਾਵਨ ਚਰਨ ਕਮਲਾਂ ਦਾ ਸੁਨੇਹਾ ਦੇ ਰਿਹਾ। ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜੋ ਸੰਕਲਪ, ਜੋ ਉਦੇਸ਼ ਸੀ, ਸੰਦੇਸ਼ ਸੀ, ਉਪਦੇਸ਼ ਸੀ ਗੁਰੂ ਨਾਨਕ ਨੇ ਇਸ ਧਰਤੀ ਤੋਂ ਦਿੱਤਾ। ਇਹ ਪ੍ਰਕਾਸ਼ ਪੁਰਬ ਜਿੱਥੇ ਸਾਰੇ ਸੰਸਾਰ 'ਚ ਸ਼ਰਧਾ ਦੇ ਭਾਵਨਾ ਦੇ ਨਾਲ ਸਰਕਾਰਾਂ ਵੱਲੋਂ, ਸੰਗਤਾਂ ਵੱਲੋਂ, ਦੂਜੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ, ਦੂਜੇ ਧਰਮਾਂ ਵੱਲੋਂ ਵੀ ਮਨਾਇਆ ਜਾਂਦਾ, ਬੜਾ ਬਹੁਤ ਖੁਸ਼ੀ ਭਰਿਆ ਮਾਹੌਲ ਹੈ ਸਾਰਾ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ, ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਉਣ ਲਈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸੁਨੇਹਾ ਜੋ ਸੀ ਉਹ ਪਹੁੰਚਾਉਣ ਲਈ ਦਾਸ ਵੱਲੋਂ ਪਿਛਲੇ 28-29 ਸਾਲ ਤੋਂ ਯਤਨ ਕੀਤੇ ਜਾ ਰਹੇ ਹੈ। ਸ਼੍ਰੀ ਗੰਗਾ ਨਰਸਰੀ ਜ਼ੀਰਕਪੁਰ ਵੱਲੋਂ ਗ੍ਰੀਨ ਗੰਗਾ ਲਹਿਰ ਦੇ ਤਹਿਤ ਪੇੜ ਪੌਦੇ ਗੁਰਸਥਾਨਾਂ ਅਤੇ ਗੁਰਧਾਮਾਂ ਅਤੇ ਧਾਰਮਿਕ ਸਥਾਨਾਂ 'ਤੇ ਵਿੱਦਿਅਕ ਸਥਾਨਾਂ 'ਤੇ ਲਾਏ ਜਾਂਦੇ ਹੈ। ਸਤਿਗੁਰਾਂ ਦੇ ਇਸ ਪਾਵਨ ਦਿਹਾੜੇ 'ਤੇ ਇਹ ਯਤਨ ਕੀਤਾ ਗਿਆ ਇਸ ਧਰਤੀ ਨੂੰ ਮਹਿਕਾਂ ਦਾ ਸ਼ਹਿਰ ਬਣਾਉਣ ਲਈ, ਜਿਵੇਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਹੈ, ਸਿਟੀ ਪਿੰਕ ਸਿਟੀ ਜੈਪੁਰ ਹੈ। ਡੇਰਾ ਬਾਬਾ ਨਾਨਕ ਨੂੰ ਮਹਿਕਾਂ ਦਾ ਸ਼ਹਿਰ, ਦੀ ਸਿਟੀ ਆਫ ਫ੍ਰੈਗਨੈਂਸ ਬਣਾਉਣ ਲਈ ਮੈਂ ਬੇਨਤੀ ਕੀਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ, ਪੰਜਾਬ ਸਰਕਾਰ ਨੂੰ ਉਹਨੇ ਬੇਨਤੀ ਪ੍ਰਵਾਨ ਕੀਤੀ, ਆਗਿਆ ਦਿੱਤੀ। ਇਸ ਧਰਤੀ 'ਤੇ ਲਗਭਗ 15,500 ਮਹਿਕਦਾਰ ਖੁਸ਼ਬੂਦਾਰ ਪੌਦੇ ਲਗਾਏ ਜਾਣੇ, ਜਿਨ੍ਹਾਂ 'ਚੋਂ 70-75% ਲਾਏ ਜਾ ਚੁੱਕੇ ਹੈ। ਅਤੇ ਹੁਣ ਸਾਰੀ ਪ੍ਰੋਪਰਟੀ ਜਿਹੜੀ ਹੈ ਇਹ ਡੇਰਾ ਬਾਬਾ ਨਾਨਕ ਦੇ ਵਾਸੀਆਂ ਦੀ ਹੈ, ਇਸ ਇਲਾਕੇ ਦੇ ਨਾਗਰਿਕਾਂ ਦੀ ਹੈ। ਹੁਣ ਪ੍ਰੋਪਰਟੀ ਗੁਰੂ ਕੀ ਪ੍ਰੋਪਰਟੀ ਹੈ, ਮਤਲਬ ਇਹਨੂੰ ਇਹਦੀ ਸਾਫ਼ ਸੰਭਾਲ ਕਰਨੀ ਵੀ ਹੁਣ ਸਭ ਦਾ ਹੀ ਧਰਮ ਹੈ ਅਤੇ ਫਰਜ਼ ਹੈ। ਮਨਜੀਤ ਸਿੰਘ ਜੀ, ਲੰਗਰ ਤਾਂ ਬੜੇ ਦੇਖੇ ਨੇ, ਕੋਈ ਚਾਹ ਪਕੌੜਿਆਂ ਦਾ ਲੰਗਰ ਲਗਾ ਰਿਹਾ, ਕੋਈ ਪ੍ਰਸ਼ਾਦੇ ਦਾ ਲੰਗਰ ਲਗਾ ਰਿਹਾ, ਆਕਸੀਜਨ ਦਾ ਲੰਗਰ ਕੀ ਹੋਇਆ? ਮੈਂ ਜੇ ਗੱਲ ਇੱਕ ਮਿੰਟ ਲਈ ਹੋਰ ਆਪ ਜੀ ਨਾਲ ਸਾਂਝੀ ਕਰਾਂ, ਭੋਜਨ ਦੇ ਬਗੈਰ, ਲੰਗਰ ਦੇ ਬਗੈਰ, ਫੂਡ ਦੇ ਬਗੈਰ ਅਸੀਂ 40 ਦਿਨ ਜੀਉ ਸਕਦੇ ਹਾਂ, ਅਤੇ ਪਾਣੀ ਦੇ ਬਗੈਰ 4 ਦਿਨ ਤੱਕ ਅਸੀਂ ਜਿਉਂਦੇ ਰਹਿ ਸਕਦੇ ਹਾਂ, ਚਾਹੇ ਤੜਫਦੇ ਰਹੀਏ। ਜਦੋਂ ਆਪਾਂ ਆਕਸੀਜਨ ਦੀ ਗੱਲ ਕਰੀਏ ਤਾਂ ਇਹਦੇ ਬਗੈਰ ਅਸੀਂ 4 ਮਿੰਟ ਤੋਂ ਵੱਧ ਜਿਉਂਦੇ ਨਹੀਂ ਰਹਿ ਸਕਦੇ। ਸੋ ਇਹ ਕਿੰਨਾ ਜ਼ਰੂਰੀ ਆ, ਅਸੀਂ ਇਸ ਗੱਲ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਸੋ ਇਹ ਜਿਹੜੇ ਪੇੜ ਪੌਦੇ ਆ, ਜਿਹੜੇ ਸਾਨੂੰ ਆਕਸੀਜਨ ਦਿੰਦੇ ਆ, ਕਾਰਬਨ ਡਾਈਆਕਸਾਈਡ ਨੂੰ ਸੋਖਦੇ ਆ, ਜਿਹੜਾ ਅਸੀਂ ਧੂੰਆਂ ਇੰਨਾ ਫੈਲਾ ਰਹੇ ਹਾਂ। ਬਾਬੇ ਨਾਨਕ ਨੇ ਤਾਂ 500 ਸਾਲ ਪਹਿਲਾਂ ਵਾਤਾਵਰਨ ਨੂੰ ਸੰਭਾਲਣ ਦੀ ਗੱਲ ਕੀਤੀ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜੋ ਸੁਨੇਹਾ ਸਾਨੂੰ ਦਿੱਤਾ ਸੀ ਉਹ ਇਹੀ ਸੀ। ਉਸ ਵੇਲੇ ਜਦੋਂ ਇੰਨਾ ਜੰਗਲਾਤ, ਇੰਨਾ ਜੰਗਲ ਸੀ, ਜਦੋਂ ਇਹ ਸਾਰੇ ਕਾਰਖਾਨੇ ਨਹੀਂ ਸੀ, ਇੰਨਾ ਪ੍ਰਦੂਸ਼ਣ ਨਹੀਂ ਸੀ, ਉਸ ਵੇਲੇ ਵੀ ਬਾਬੇ ਨਾਨਕ ਨੇ ਸਾਨੂੰ ਇਹ ਵਾਤਾਵਰਨ ਨੂੰ, ਪਰਿਆਵਰਨ ਨੂੰ ਬਚਾਉਣ ਦੀ ਸਿੱਖਿਆ ਦਿੱਤੀ ਸੀ, ਅਤੇ ਅਸੀਂ ਉਸ ਸਿੱਖਿਆ ਤੋਂ ਕਿਤੇ ਅਵਿਸੜੇ ਵੀ ਹੋਏ ਹਾਂ। ਅਤੇ ਹੁਣ ਮੈਂ ਬੇਨਤੀ ਵੀ ਕਰਦਾ, ਇਹ ਇੱਕ ਚੰਗਾ ਸ਼ੁਭ ਮੌਕਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਉਪਦੇਸ਼ ਸੰਦੇਸ਼ ਸੀ, ਉਹਨਾਂ ਦਾ ਸੁਨੇਹਾ ਸੀ, ਸਾਰੇ ਸੰਸਾਰ ਤੱਕ ਪਹੁੰਚਾਈਏ, 550ਵੇਂ ਸਾਲ ਦਾ ਸਦ ਉਪਯੋਗ ਕਰੀਏ, ਅਸੀਂ ਆਪਣੀ ਧਰਤੀ ਨੂੰ, ਪੌਣ ਪਾਣੀ ਨੂੰ, ਧਰਤੀ ਮਾਤਾ ਨੂੰ ਬਚਾਈਏ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਆਦੇਸ਼ ਕੀਤਾ ਸੀ, ਵੱਧ ਤੋਂ ਵੱਧ ਪੇੜ ਪੌਦੇ ਲਾਈਏ, ਵੱਧ ਤੋਂ ਵੱਧ ਅਸੀਂ ਆਕਸੀਜਨ ਨੂੰ ਪੈਦਾ ਕਰੀਏ। ਅਤੇ ਇਸ ਮਨੋਰਥ ਨਾਲ, ਅਤੇ ਦੂਜਾ ਮਨੋਰਥ ਇਹ ਸੀ, ਇਹ ਜਿਹੜੀ 150 ਫੁੱਟ ਲੰਬੀ ਅਤੇ 80 ਫੁੱਟ ਚੌੜੀ ਹੈ ਜਿਹੜੀ ਫੱਟੀ ਬਣਾਈ ਗਈ ਹੈ 5550 ਗਮਲਿਆਂ ਦੇ ਨਾਲ, ਪਿਛਲੇ 2-2.5 ਮਹੀਨੇ ਤੋਂ ਅਸੀਂ ਲੱਗੇ ਹੋਏ ਸੀ, ਪਿਛਲੇ 15 ਦਿਨ ਤੋਂ ਜੰਗੀ ਪੱਧਰ 'ਤੇ ਲੱਗੇ ਹੋਏ ਸੀ ਇਹਨੂੰ ਬਣਾਉਣ ਲਈ। ਇਹਦੇ 'ਚ 2 ਰੰਗ ਅਸੀਂ ਇਸਤੇਮਾਲ ਕੀਤੇ ਹੈ, ਇੱਕ ਖਾਲਸੇ ਰੰਗ ਜੋ ਕੇਸਰੀ ਰੰਗ ਅਤੇ ਦੂਜਾ ਪੀਲਾ ਰੰਗ। ਇਹ ਅਸੀਂ ਬੀਜ ਵੀ ਬਾਹਰੋਂ ਹੋਲੈਂਡ ਤੋਂ ਮੰਗਵਾਏ ਸੀ, ਅਤੇ ਹਾਈਬ੍ਰਿਡ F1 ਪ੍ਰਕਾਰ ਦਾ ਇਹ ਗੇਂਦਾ ਹੈ, ਖੂਬਸੂਰਤ ਗੇਂਦਾ। ਮੇਰੀ ਸੰਗਤਾਂ ਨੂੰ ਬੇਨਤੀ ਵੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਨੂੰ ਯਾਦ ਕਰਾਉਂਦੀ ਹੈ ਪਾਂਧੇ ਵਾਲੀ ਫੱਟੀ, ਜਿੱਥੇ ਏਕਮ ਲਿਖਿਆ ਹੈ,
ਇਹ ਬਹੁਤ ਵੱਡਾ ਹਿਕਮ ਲਿਖਿਆ ਜਿਹੜਾ ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਾਉਣ ਦਾ ਯਤਨ ਕੀਤਾ ਸੀ ਏਕਾ ਫੱਟੀ 'ਤੇ ਲਿਖ ਕੇ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਹੀ ਪੜ੍ਹਾ ਦਿੱਤਾ ਵੀ ਏਕੇ ਦਾ ਮਤਲਬ ਕੀ ਹੁੰਦਾ। ਸਤਿਗੁਰਾਂ ਨੇ ਉਹਨੂੰ ਇਹ ਦੱਸਣਾ ਕੀਤਾ, ਬਲਕਿ ਸਾਰੇ ਸੰਸਾਰ ਨੂੰ ਦੱਸਣਾ ਕੀਤਾ, ਏਕ ਪਿਤਾ ਏਕ ਸਕੇ ਹਮ ਵਾਰਕ। ਮੈਂ ਕੈਮਰਾਮੈਨ ਨੂੰ ਵੀ ਬੇਨਤੀ ਕਰਾਂਗਾ, ਇਹ ਜੋ ਵੱਡੀ ਫਲੈਕਸ ਲੱਗੀ ਹੈ, ਏਕ ਪਿਤਾ ਏਕ ਸਕੇ ਹਮ ਵਾਰਕ, ਇਹ ਜੋ ਸਾਂਝੀ ਬਾਲਤਾ ਦਾ ਸੁਨੇਹਾ ਜੋ ਮਦਈ ਸਨ ਗੁਰੂ ਨਾਨਕ ਸਾਹਿਬ ਜੀ, ਸਭ ਤੋਂ ਵੱਡੇ ਸਤੰਭ ਸੀ ਸੰਸਾਰ 'ਚ ਮਨੁੱਖਤਾ ਦੇ ਭਲੇ ਦੀ ਗੱਲ ਜੇ ਕਰੀਏ ਤਾਂ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜਿਹੜਾ ਸਾਂਝੀ ਬਾਲਤਾ ਦਾ ਸੰਦੇਸ਼ ਸੀ ਗੁਰੂ ਨਾਨਕ, ਸਾਰੇ ਧਰਮਾਂ ਲਈ ਸਭ ਲਈ ਇੱਕ ਸਮਾਨ ਉਪਦੇਸ਼, ਚੌਂ ਵਰਨਾ ਕੋ ਸਾਂਝਾ, ਸਭ ਨੂੰ ਸਾਂਝਾ ਉਪਦੇਸ਼ ਕੀਤਾ। ਆਪਾਂ ਸਾਰੇ ਰਲ ਮਿਲ ਕੇ ਰਹੀਏ, ਸਾਂਝ ਬਣਾਈਏ, ਦਿਲਾਂ ਦੀ ਸਾਂਝ ਸਾਰੇ ਧਰਮਾਂ ਵਾਲੇ, ਸਾਰੇ ਹੀ ਧਰਮ ਸਤਿਕਾਰਯੋਗ ਪੂਜਣਯੋਗ ਹੈ, ਅਤੇ ਸਾਰਿਆਂ ਨੂੰ ਰਲ ਮਿਲ ਕੇ ਅਸੀਂ ਚੱਲੀਏ ਤਾਂ ਕਿ ਸਾਰਾ ਸਾਡਾ ਸਾਰਾ ਜੋ ਸੰਸਾਰ ਹੈ ਇਹ ਸਾਰਾ ਹੀ ਸੁਖਮਈ ਸ਼ਾਂਤਮਈ ਹੋਵੇ। ਅਤੇ ਮੈਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਦੇ ਬਚਪਨ ਨੂੰ ਯਾਦ ਕਰਾਉਂਦੀ ਹੈ ਪਾਂਧੇ ਵਾਲੀ ਫੱਟੀ, ਜਿਹੜੀ 5,550 ਗਮਲਿਆਂ ਦੇ ਨਾਲ ਸਜਾਈ ਗਈ ਹੈ, 150 ਫੁੱਟ ਬਾਈ 80 ਫੁੱਟ ਹੈ ਇਹਦਾ ਸਾਈਜ਼ ਹੈ। ਇਹ ਬੜੀ ਅਸੀਂ ਭਾਵਨਾ ਦੇ ਨਾਲ, ਮੈਂ ਹੁਣ ਵੀ ਬਚਨ ਕਰਦਾ ਸੀ ਮਿੱਤਰ ਪਿਆਰਿਆਂ ਦੇ ਨਾਲ, ਵੀ ਜਦੋਂ ਅਸੀਂ ਬਟਾਲੇ ਤੋਂ ਆਉਂਦੇ ਹਾਂ ਅਤੇ ਇਹ ਜਦੋਂ ਦਰਸ਼ਨੀ ਡਿਊਟੀ ਪਹਿਲੀ ਬਟਾਲੇ ਵਾਲੀ ਰੋਡ 'ਤੇ ਆ ਡੇਰਾ ਬਾਬਾ ਨਾਨਕ ਸਾਹਿਬ ਦੇ ਬਾਹਰ, ਅਤੇ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਆਉਣ ਵਾਲੀਆਂ ਸੰਗਤਾਂ ਨੂੰ ਜੀਓ ਆਇਆ ਆਖਦਾ, ਇੱਕ ਵੱਡਾ ਗੁਲਦਸਤਾ 5,500 ਗਮਲਿਆਂ ਨਾਲ ਤਿਆਰ ਕਰਕੇ ਫੁੱਲਾਂ ਦਾ ਸਭ ਲਈ, ਇਹ ਛੋਟੇ ਵੱਡੇ ਦਾ ਕੋਈ ਨਹੀਂ ਮਤਲਬ, ਊਚ ਨੀਚ ਦਾ ਕੋਈ, ਸਭ ਲਈ ਸਭ ਨੂੰ ਜੀਓ ਆਇਆ। ਇਹ ਡਿਊਟੀ ਦੇ ਦਰਸ਼ਨ ਕਰਦੇ ਹੀ ਆਪ ਜਿੱਥੇ ਡਿਊਟੀ 'ਚ ਸ਼ਾਮਿਲ ਹੋ ਆਪ ਜੀ ਇੱਥੇ ਆਉਂਗੇ ਡੇਰਾ ਬਾਬਾ ਨਾਨਕ, ਅਤੇ ਆਉਂਦੇ ਹੀ ਆਪ ਜੀ ਨੂੰ ਇਹ ਫੁੱਲਾਂ ਦੇ ਨਾਲ ਅਸੀਂ ਸਵਾਗਤ ਸਭ ਸੰਗਤਾਂ ਦਾ ਕਰਨਾ ਚਾਹੁੰਦੇ ਹਾਂ। ਇਹ ਸਾਡੀ ਤਮੰਨਾ ਸੀ ਕਿ ਸੰਗਤਾਂ ਜਦੋਂ ਆਉਣ ਡੇਰਾ ਬਾਬਾ ਨਾਨਕ, ਇਸ ਧਰਤੀ ਤੋਂ ਖੁਸ਼ੀਆਂ 'ਤੇ ਖੇੜੇ। ਇਹ ਜੋ ਫੁੱਲ ਨੇ ਖੁਸ਼ੀਆਂ ਦਾ ਪ੍ਰਤੀਕ ਹੈ, ਸਾਡਾ ਐਸਾ ਕੋਈ ਵੀ ਸੰਸਕਾਰ ਨਹੀਂ ਹੈ ਜਿਹੜਾ ਬਿਨਾਂ ਫੁੱਲਾਂ ਦੇ ਸੰਪੂਰਨ ਹੁੰਦਾ ਹੋਵੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਜਿੰਨੇ ਸਾਡੇ ਸੰਸਕਾਰ ਹੈ, ਚਾਹੇ ਜਨਮ ਹੋਵੇ ਵਿਆਹ ਹੋਵੇ, ਸਾਰੇ ਦੇਖੋ ਜੈਮਾਲਾ ਹੁੰਦੀ ਹੈ, ਜਾਂ ਜਨਮ ਵੇਲੇ ਵੀ ਜਾਂ ਕਿਸੇ ਵੇਲੇ ਵੀ ਅਸੀਂ ਫੁੱਲਾਂ ਦਾ ਗੁਲਦਸਤਾ ਜਾਂ ਫੁੱਲ, ਈਵਨ ਮੈਂ ਤਾਂ ਇਹ ਕਹਾਂਗਾ ਕਿ ਜਦੋਂ ਅਸੀਂ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਦਰ 'ਤੇ ਜਾਂਦੇ ਹਾਂ, ਕਿਸੇ ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਤਾਂ ਵੀ ਅਸੀਂ ਫੁੱਲ ਲੈ ਕੇ ਜਾਂਦੇ ਹਾਂ, ਰੱਬ ਦੇ ਦਰ 'ਤੇ ਵੀ ਅਸੀਂ ਫੁੱਲ ਭੇਟ ਕਰਦੇ ਹਾਂ, ਸ਼ਰਧਾ ਦੇ ਫੁੱਲ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਇਹ ਫੁੱਲ ਖੁਸ਼ੀਆਂ ਅਤੇ ਖੇੜਿਆਂ ਦਾ ਸੁਨੇਹਾ ਦਿੰਦੇ ਆ, ਖੁਸ਼ਬੂਈਆਂ ਬਣਦੇ, ਜਿਹੜੀ ਖੁਸ਼ਬੂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਵੰਡੀ ਸੀ, ਸ਼ੁਭ ਗੁਣਾਂ ਦੀ ਖੁਸ਼ਬੂ। ਅਤੇ ਇਹ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਹੈ ਦਾਸਾਂ ਵੱਲੋਂ, ਗ੍ਰੀਨ ਗੰਗਾ ਲਹਿਰ ਗਗਲ ਜੀਰਕਪੁਰ ਵੱਲੋਂ, ਵੀ ਅਸੀਂ ਵਾਤਾਵਰਣ ਨੂੰ ਵੀ ਬਚਾਈਏ, ਗੁਰੂ ਨਾਨਕ ਸਾਹਿਬ ਦਾ ਸੁਨੇਹਾ ਵੀ ਘਰ ਘਰ ਪਹੁੰਚਾਈਏ, ਅਤੇ ਜੀ ਦਇਆ ਪ੍ਰਵਾਨ ਸਭ ਦਾ ਭਲਾ, ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦੇ ਭਲੇ ਦੀ ਗੱਲ ਕਰੀਏ। ਬਿਲਕੁਲ ਜੀ, ਸਰਬੱਤ ਦੇ ਭਲੇ ਦੀ ਗੱਲ ਹੀ ਕੀਤੀ ਜਾ ਰਹੀ ਹੈ ਬਾਬਾ ਜੀ ਵੱਲੋਂ, ਕਿਉਂਕਿ ਇਹਨਾਂ ਦੇ ਮੁਤਾਬਿਕ, ਦੱਸਣ ਮੁਤਾਬਿਕ ਇਨਸਾਨ 40 ਦਿਨ ਬਗੈਰ ਭੋਜਨ ਤੋਂ ਜਿੰਦਾ ਰਹਿ ਸਕਦਾ ਹੈ, ਪਾਣੀ ਤੋਂ ਬਗੈਰ 4 ਦਿਨ ਜਿੰਦਾ ਰਹਿ ਸਕਦਾ ਹੈ, ਪਰ ਆਕਸੀਜਨ ਤੋਂ ਬਗੈਰ ਸਿਰਫ 4 ਮਿੰਟ ਇਨਸਾਨ ਜਿੰਦਾ ਰਹਿ ਸਕਦਾ ਹੈ। ਇਸ ਲਈ ਤੁਸੀਂ ਸਮਝ ਲਵੋ ਆਕਸੀਜਨ ਕਿੰਨੀ ਜ਼ਰੂਰੀ ਹੈ, ਅਤੇ ਸ਼ਹਿਰੀਕਰਨ ਦੇ ਵਿਕਾਸ ਵਿੱਚ ਆਕਸੀਜਨ ਦਾ ਘਾਣ ਨਾ ਕਰੀਏ, ਬੂਟਿਆਂ ਨੂੰ ਰੁੱਖਾਂ ਨੂੰ ਲਾਈਏ, ਨਾ ਕਿ ਇਹਨਾਂ ਨੂੰ ਉਖਾੜੀਏ, ਤਾਂ ਜੋ ਜਿੰਨੀ ਵੀ ਆਕਸੀਜਨ ਲੋੜੀਂਦੀ ਹੈ ਇਨਸਾਨੀਅਤ ਨੂੰ, ਇਨਸਾਨ ਨੂੰ, ਉਹ ਆਕਸੀਜਨ ਜਿਹੜੀ ਹੈ ਉਹ ਧਰਤੀ 'ਤੇ ਮਿਲ ਸਕੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।